ਦੇਖੋ 8:35 ਹੋ ਗਏ ਨੇ ਆਹੋ ਉਹ ਵਾਪਸ ਜਾਂਦੇ ਨੇ ਗੱਲ ਨਹੀਂ ਤੇ ਗੁੱਡ ਮਾਰਨਿੰਗ ਆ ਬਤਰਾ ਸਾਹਿਬ ਅੱਜ ਆਪਾਂ ਨੂੰ ਫਿਰ ਮਿਲ ਚੁੱਕੇ ਨੇ ਸਵੇਰ ਸਵੇਰੇ ਤੇ ਉਸ ਦਿਨ ਵੀ ਇਹਨਾਂ ਚੰਗੀ ਖਾਤਰਗਾਦਾਰੀ ਕੀਤੀ ਜਿੱਦਣ ਲੈ ਕੇ ਆਏ ਸੀ ਹਨਾ ਤੇ ਹੁਣ ਕਹਿੰਦੇ ਨੇ ਚਾਹ ਜਾਂ ਕਾਫੀ ਪੀਤੇ ਬਿਨਾ ਜਾਨ ਨਹੀਂ ਦੇਣਾ ਮੇਰੀ ਹੋ ਗਿਆ ਇਥੋਂ ਬਰਮਿੰਗਮ ਤੋਂ ਲੰਡਨ ਦਾ ਬੱਸ ਦਾ ਟਾਈਮ ਤੇ ਧੱਕਾ ਕਰੀ ਜਾ ਰਹੇ ਨੇ ਮੈਂ ਕਿਹਾ ਜੇ ਬੱਸ ਲੰਘੀ ਤੇ ਲੰਡਨ ਛੱਡ ਕੇ ਆਉਣਾ ਪੈਣਾ ਜੇ ਮੈਂ ਰਹਿਣਾ ਨਹੀਂ ਹੈਗਾ ਇੱਥੇ ਸਹੀ ਹੈ ਤੇ ਬੰਦਾ ਜਦੋਂ ਐਫਰਟ ਕਰਦੇ ਇੰਨਾ ਤਾਂ ਹੈ ਨਾ ਕਿ ਆਪਾਂ ਸਮਝ ਲਈ ਕਿ ਆਪਾਂ ਪੀ ਲਈ ਆ ਜਦੋਂ ਬੰਦਾ ਐਡੀ ਦੂਰੋਂ ਆ ਗਿਆ ਕਿ ਸਪੈਸ਼ਲ ਚਾਹ ਪੀਣਾ ਸੋ ਹੁਣ ਟਾਈਮ ਹੋਏਗਾ ਬਤਰਾ ਸਭ ਮੰਨ ਲਓ ਚਲੋ ਠੀਕ ਹੈ ਹਣਾ ਹੁਣ ਯੂਟਰਨ ਲਈਏ ਕਿਉਂਕਿ ਫਿਰ ਬੱਸ ਲੰਘੀ ਸਾਰਾ ਸਿਸਟਮ ਖਰਾਬ ਹੋ ਜਾਊਗਾ ਇਹ ਨਹੀਂ ਕੋਈ ਚਾਹੁੰਦੀ ਬਤਰਾ ਸਾਹਿਬ ਕਹਿੰਦੇ ਨੇ ਚਾਹ ਪੀਤੇ ਬਿਨਾਂ ਜਾਨ ਨਹੀਂ ਦੇਣਾ ਚਾਹ ਪੜਾ ਹੀ ਦਿੱਤੀ ਚਾਹ ਬਾਕੀ ਇਹਨਾਂ ਦੀ ਕੜਕ ਚਾਹ ਨਾ ਬਹੁਤ ਸਵਾਦ ਹੈ ਥੈਂਕ ਯੂ ਸੋ ਮਚ ਬਤਰਾ ਸਾਹਿਬ ਜੀ ਧੰਨਵਾਦ ਵੀਰੇ ਤੁਹਾਡਾ ਜਿਹੜਾ ਤੁਸੀਂ ਦਰਸ਼ਨ ਦਿੱਤੇ ਤੁਸੀਂ ਭਾਰ ਹੀ ਬੜਾ ਚੜਾਉਂਦੇ ਹੋ ਮੇਰੇ ਨਹੀਂ ਜੀ ਪਹਿਲਾਂ ਮੈਂ ਤਾਂ ਸੱਚੀ ਇੰਨਾ ਕਰਜ਼ ਲੈ ਕੇ ਜਾਣਾ ਇੱਥੋਂ ਤੁਹਾਡੇ ਤੋਂ ਹਰ ਵਾਰ ਨਾ ਨਾ ਕੋਈ ਕਰਜ਼ੇ ਵਾਲੀ ਗੱਲ ਨਹੀਂ ਤੁਸੀਂ ਆ ਜਾ ਕਰੋ ਬਸ ਬਸ ਆਹ ਹੀ ਗਏ ਵਾਹਿਗੁਰੂ ਮਿਹਰ ਕਰੇ ਮੈਨੂੰ ਤਾਂ ਕਹਿ ਰਹੇ ਹੋ ਤੇ ਆਪ ਕਦੋਂ ਆਉਣਾ ਇਹ ਭਰਾਵਾ ਹੁਣ ਇੱਥੋਂ ਬੜਾ ਔਖਾ ਵੀ ਨਿਕਲਣਾ ਬਾਕੀ ਲਾਉਣੇ ਟਾਈਮ ਕੱਢਦੇ ਕਿਹਦੇ ਨਾਲ ਬਾਕੀ ਨਾ ਇਹਨਾਂ ਦੇਸ਼ਾਂ 'ਚ ਆਉਣਾ ਬੜਾ ਸੌਖਾ ਹੈ ਜਿਹੜੇ ਕਹਿੰਦੇ ਨਾ ਆਉਣਾ ਔਖਾ ਆਉਣਾ ਸੌਖਾ ਵਾਪਸ ਮੁੜਨਾ ਬੜਾ ਔਖਾ ਹੈ ਨਾ ਬਤਰਾ ਸਾਹਿਬ ਬਿਲਕੁਲ ਇਹਨਾਂ ਦੇ ਐਕਸਪੀਰੀਅੰਸ ਨੇ ਉੱਥੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ ਮੈਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਨੇ ਤੇ ਇੱਕ ਵਾਰ ਇੰਡੀਆ ਨਹੀਂ ਜਾ ਪਾਏ ਜਦ ਕਿ ਆਲ ਦਾ ਡਾਕੂਮੈਂਟ ਇਹਨਾਂ ਕੋਲ ਹੈਗੇ ਨੇ ਤੇ ਐਸੀ ਗੱਲ ਨਹੀਂ ਕਿ ਕੱਚੇ ਨੇ ਸਾਰੇ ਪੇਪਰ ਨੇ ਇਹਨਾਂ ਕੋਲ ਬਟ ਫਿਰ ਵੀ ਨਹੀਂ ਜਾ ਪਾ ਰਹੇ ਤੇ ਬੜਾ ਵਿਦੇਸ਼ਾਂ ਦੀ ਜ਼ਿੰਦਗੀ ਕਹਿਣੀ ਸੁੱਖ ਜਿੰਨੀ ਉੱਥੋਂ ਵਧੀਆ ਲੱਗਦੀ ਓਨੀ ਇੱਥੇ ਬਹੁਤ ਟਫ ਹੈ ਸਟਰਗਲ ਹੈ ਬਸ ਇਹ ਨਹੀਂ ਕਿ ਸਿੱਧੋ ਤੇ ਘਰੇ ਬੈਠੇ ਸਾਰਾ ਕੁਝ ਮਿਲ ਜਾਂਦਾ ਨਾ ਇੱਥੇ ਕਰਨਾ ਤੇ ਮਿਲਣਾ ਬਿਲਕੁਲ ਸਹੀ ਗੱਲ ਬਾਕੀ ਮੈਨੂੰ ਲੱਗਦਾ ਨਹੀਂ ਕਿ ਮੈਂ ਇੱਧਰ ਨਾ ਭਾਜੀ ਕੀ ਇੱਧਰ ਆਇਆ ਹੋਇਆ ਵਾਂ ਇੰਗਲੈਂਡ ਮੈਨੂੰ ਲੱਗਦਾ ਨਹੀਂ ਕਿਉਂਕਿ ਭਾਜੀ ਹਰ ਇੱਕ ਗੋਰੇ ਵਿੱਚ 5 ਪੰਜਾਬੀ ਨੇ ਇੱਥੇ ਬਿਲਕੁਲ ਜਿਹੜੇ ਮਰਜ਼ੀ ਏਰੀਏ 'ਚ ਜਿਹੜੇ ਮਰਜ਼ੀ ਘਰਾਂ 'ਚ ਇੱਥੇ ਚਲੇ ਜਾਓ ਤੁਹਾਡੇ ਘਰਾਂ 'ਚ ਵੀ ਗਏ ਆ ਨਾ ਹਰ ਏਰੀਏ 'ਚ ਪੰਜਾਬੀ ਹੈ ਬਿਲਕੁਲ ਸਹੀ ਗੱਲ ਤੇ ਇਹਨੇ ਤੱਕ ਪਾਈ ਵੀ ਇੱਥੇ ਮੈਂ ਨਾ ਉੱਥੇ ਖਾਲਿਸਤਾਨ ਬਣਾਉਣ ਦੀ ਬਜਾਏ ਇੱਥੇ ਬਣਾਉਣ ਨਾਲੇ ਕੋਈ ਰੋਲਾ ਨਹੀਂ ਹੈਗਾ ਸਹੀ ਗੱਲ ਇੰਗਲੈਂਡ ਦਾ ਨਾਂ ਖਾਲਿਸਤਾਨ ਰੱਖ ਲੈਣਾ ਨਿਕਾਹ ਦੇ ਲਿਆ ਕਰੋ ਜਿੱਥੇ ਆ ਰਿਆ ਮਨੀਗ੍ਰਾਮ ਇਹ ਜਿੱਥੇ ਵੀ ਹੋਣਗੇ ਨਾ ਸਮਝ ਲਓ ਇਹ ਆਪਣੇ ਫੋਰਨਰ ਏਰੀਆ ਹੀ ਹੈ ਸਾਰਾ ਚਲੋ ਬਰਮਿੰਗਮ ਨੂੰ ਕਰੀਏ ਬਾਏ ਬਾਏ ਤਾਂ ਮਿਲੀਏ ਲੰਡਨ ਚੱਲ ਕੇ ਬਤਰਾ ਸਾਹਿਬ ਆਪਾਂ ਨੂੰ ਡਰੋਪ ਕਰਨ ਆਏ ਨੇ ਬਰਮਿੰਗਮ ਤੋਂ ਲੰਡਨ ਦਿਸਦਾ ਕੋਈ ਗੋਰਾ ਪੰਜਾਬ ਚ ਸਾਰੇ ਪੰਜਾਬੀ ਜਿਹੜੀ ਜਿੰਨੇ ਬੱਸ ਹੈਗੀ ਉਹ ਵੀ ਪੰਜਾਬੀ ਇੰਗਲੈਂਡ ਦਾ ਨਾਂ ਪੰਜਾਬ ਰੱਖ ਦੇਣਾ ਚਾਹੀਦਾ ਬਰਮਿੰਗਮ ਤੋਂ ਲੰਡਨ ਜਾ ਰਹੀ ਬੱਸ ਜਿੰਨੀਆਂ ਬੱਸ 'ਚ ਸਵਾਰੀਆਂ ਨੇ ਉਹ ਵੀ ਪੰਜਾਬੀ ਜਿੰਨੇ ਬਾਹਰ ਖੜ੍ਹੇ ਨੇ ਚੜ੍ਹਦਾ ਉਹ ਵੀ ਪੰਜਾਬੀ ਡਰਾਈਵਰ ਵੀ ਪੰਜਾਬੀ ਆਹ ਬੱਸ ਹੋ ਗਈ ਖਰਾਬ ਚਲੋ ਹੁਣ ਨਵੀਂ ਬੱਸ ਠੰਡੀ ਕੋਚ ਯੂਕੇ ਜਾਣਾ ਨਾ ਬਾਈ ਕਿਸੇ ਨੇ ਘੁੰਮਣ
1% ਵੀ ਟੈਨਸ਼ਨ ਨਾ ਲਿਆ ਕਰੋ, ਇੱਥੇ ਕੋਈ ਗੋਰਾ ਨਹੀਂ ਹੁਣ ਰਹਿੰਦਾ ਜਿੰਨੇ ਨੇ ਪੰਜਾਬੀ ਸਾਰੇ। ਆ ਵੀਰ ਆਪਣੇ ਨਾਲ ਸਟੂਡੈਂਟ ਨੇ ਇੱਧਰ, ਤੁਸੀਂ ਲੁਧਿਆਣੇ ਤੋਂ? ਇਹ ਵੀ ਵੀਰ ਲੁਧਿਆਣੇ ਤੋਂ, ਇਹ ਤਾਂ ਮੇਰੇ ਨਾਲ ਪਰਸੋਂ ਵੀ ਆਇਆ ਸੀ ਪੁਰਾਣੀ ਵੀਡੀਓ 'ਚ ਤੁਹਾਨੂੰ ਦੱਸੋ। ਡਬਲ ਡੈਕਰ ਬੱਸ ਦੇ ਵਿੱਚ ਬੈਠ ਗਏ ਸਾਹਮਣੇ ਸਾਡੇ ਗੁਰਦੁਆਰਾ ਸਾਹਿਬ। ਕੀ ਨਾਂ ਹੈ ਗੁਰਦੁਆਰਾ ਸਾਹਿਬ ਦਾ? ਗੁਰੂ ਨਾਨਕ ਦਰਬਾਰ ਸੋਹੋ, ਹੈ ਨਾ? ਹਾਂਜੀ ਹਾਂਜੀ। ਚਲੋ ਡਬਲ ਡੈਕਰ ਦੀ ਬੱਸ ਦੇ ਉੱਤੇ ਬੈਠ ਗਏ ਹੁਣ, ਦੇਖਦੇ ਨਜ਼ਾਰੇ। ਕੋਈ ਫਾਇਦਾ ਨਹੀਂ ਇੱਥੇ ਇੰਨਾ ਬੱਸ ਸਟੈਂਡਾਂ ਦਾ, ਬੱਸ ਸਟੈਂਡ ਇੱਥੇ ਬਣੇ ਹੋਏ ਨੇ, ਕੋਈ ਬਾਥਰੂਮ ਨਹੀਂ ਦਿੱਤਾ। ਡਰਾਈਵਰ ਨੂੰ ਕਿਹਾ ਕੋਈ ਬਾਥਰੂਮ ਦੱਸ ਦੇ, ਕਹਿੰਦਾ ਇੱਥੇ ਜਾ ਹੀ ਹੋਈ ਸੀ, ਮੈਂ ਜੁਰਮਾਨੇ ਨਹੀਂ ਕਟਾਉਣੇ ਭਰਾਵਾ, ਦੁਬਾਰਾ ਵੀ ਆਉਣਾ ਸੀ। ਆਹ ਬੰਦਾ ਲੱਗਦਾ ਨਾ ਸਿੱਧੂ ਮੂਸੇ ਵਾਲੇ ਵਰਗਾ, ਹੈ ਨਾ? ਕੋਈ ਫਾਇਦਾ ਨਹੀਂ ਯਾਰ, ਕੋਈ ਮੈਂ ਉਹਦਾ ਲੁੱਕ ਲਾਇਕ ਲੱਗ ਰਿਹਾ ਨਾ ਉਦੋਂ, ਸੋਹਣਾ ਸੀ ਉਹ, ਟੈਲੈਂਟ 'ਚ ਬਹੁਤ ਸੋਹਣਾ ਸੀ ਉਹਦਾ, ਹੈ ਨਾ? ਤੇ ਕੋਈ ਫਾਇਦਾ ਨਹੀਂ ਇੰਗਲੈਂਡ, ਇੱਕ ਬਾਥਰੂਮ ਨਹੀਂ ਬਣਾ ਸਕਿਆ ਤੜੰਗੇ ਲੱਗੇ ਫਿਰ ਤੈਨੂੰ ਗੋਰੇ ਇੱਥੇ। ਕਿਰਾਇਆ ਸਾਡੇ ਤੋਂ ਵੋਲਵੋ ਤਾਂ ਲੈ ਲਿਆ, ਬੱਸ ਸਾਨੂੰ ਕਵਾੜ ਦੇ ਦਿੱਤੀ। ਹਾਂ ਉਹੀ ਮੈਂ ਦਿਖਾ ਰਿਹਾ, ਮੈਂ ਕਿਹਾ ਕਿਰਾਇਆ ਤਾਂ ਸਾਡੇ ਤੋਂ ਵੋਲਵੋ ਦਾ ਲਿਆ, ਦੇ ਸਾਨੂੰ ਪੀ ਆਰ ਟੀ ਸੀ ਦਿੱਤੀ ਪੰਜਾਬ ਰੋਡਵੇਜ, ਧੋਖਾ ਕੀਤਾ। ਤੀਜੀ ਬੱਸ ਬਦਲਦੀ, ਪਹਿਲਾਂ ਚਿੱਟੀ 'ਚ ਬਿਠਾਇਆ, ਫਿਰ ਨੀਲੀ 'ਚ, ਹੁਣ ਲਾਲ 'ਚ। ਰੰਗ ਹੀ ਬਦਲੀ ਜਾਂਦਾ ਬੱਸਾਂ ਦੇ ਸਵੇਰ ਦਾ। ਇਹਨਾਂ ਦਾ ਕੰਮ ਹੀ ਇਹ ਆ, ਇੱਕ 10 ਕਿਲੋਮੀਟਰ ਇੱਕ ਲਿਆ ਗਾਲਾਂ ਕੱਢੀ ਭੁੱਖਾਂ ਖਾਣ ਦੀ ਲੇਟ ਗਾਲਾਂ ਕੱਢੀ। ਸਾਣੀਆਂ ਖਸਮੋਂ ਕੁੱਥੀਆਂ ਫਿਰੇ ਨੇ ਮਾੜੀਆਂ, ਮੈਲੇ ਵੇਸ ਦਿਨਾਂ ਕਾਮਣੀ, ਦੁਖੀ ਰਹਿਣ ਬਿਹਾਏ ਜੀਓ। ਸੋਹਾਗਣੀ ਗਿਆ ਕਰਮ ਕਮਾਇਆ, ਪੂਰਵ ਲਿਖਿਆ ਫਲ ਪਾਇਆ, ਨਦਰ ਕਰੇ ਕਹਿ ਆਪਣੀ, ਆਪੇ ਲਏ ਮੁਲਾਏ ਜੀਓ।